ਰੱਬ ਵਰਗੇ ਸਰੋਤਿਓ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕਮ। ਇਸ ਸੈਗਮੈਂਟ ਦੇ ਵਿੱਚ ਦਾਸ ਆਪ ਜੀ ਦੇ ਨਾਲ ਬਾਬੂ ਰਾਜਬਲੀ ਖਾਨ ਜੀ ਦੀਆਂ ਰਚਨਾਵਾਂ ਦਾ ਵਿਸ਼ੇਗਤ ਅਧਿਐਨ ਕਰਨ ਦੀ ਸਾਂਝ ਆਪ ਦੇ ਨਾਲ ਪਾ ਰਿਹਾ ਹਾਂ। ਬਾਬੂ ਰਾਜਬਲੀ ਦੀਆਂ ਰਚਨਾਵਾਂ ਗਿਣ ਪੱਖੋਂ ਬਹੁਤ ਵਿਸ਼ਾਲ ਅਤੇ ਗੁਣਾਂ ਦੇ ਪੱਖੋਂ ਬਹੁਤ ਅਮੀਰ ਹਨ। ਬਾਬੂ ਜੀ ਦੀਆਂ ਰਚਨਾਵਾਂ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ। ਹਰ ਇੱਕ ਭਾਗ ਦਾ ਆਪਣਾ ਵੱਖਰਾ ਅਤੇ ਖੂਬਸੂਰਤ ਪੱਕਾ ਰੰਗ ਹੈ। ਇਸ ਤਰ੍ਹਾਂ ਕਵੀਸ਼ਰੀ ਦੇ ਉੱਚੇ ਐਂਕਰ ਉੱਤੇ ਬਾਬੂ ਰਾਜਬਲੀ ਨੇ ਸਤਰੰਗੀ ਪੀਂਘ ਪਾ ਕੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀ ਪ੍ਰੇਮੀਆਂ ਦੇ ਮਨਾਂ ਨੂੰ ਮੋਹਿਆ ਹੈ। ਬਾਬੂ ਜੀ ਦੀ ਵਿਚਾਰਧਾਰਾ ਪਿਆਰ ਮੁਹੱਬਤ ਦੀ ਸ਼ੈਦਾਈ ਹੈ, ਨਫ਼ਰਤ ਦੀ ਨਹੀਂ। ਉਹ ਮਨੁੱਖ ਵਿੱਚ ਪਈਆਂ ਹਰ ਤਰ੍ਹਾਂ ਦੀਆਂ ਵੰਡਾਂ, ਜਿਵੇਂ ਦੇਸ਼, ਧਰਮ, ਜਾਤੀ ਆਦਿ ਤੋਂ ਉੱਚਾ ਉੱਠ ਕੇ ਸੋਚਦਾ ਹੈ। ਉਹ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਆਪਣੀ ਪਿਆਰ ਭਰੀ ਗਲਵਕੜੀ ਵਿੱਚ ਲੈਂਦਾ ਹੈ। ਉਸਦੇ ਕਲਾਮ ਦੀ ਦੂਜੀ ਖੂਬੀ ਇਹ ਹੈ ਕਿ ਇਸ ਵਿੱਚ ਘੱਟ ਤੋਂ ਘੱਟ ਅਸ਼ਲੀਲਤਾ ਹੈ ਅਤੇ ਇਹ ਕਿਸੇ ਵੀ ਸਭਾ ਵਿੱਚ ਗਾਈ ਜਾ ਸਕਦੀ ਹੈ। ਤੀਜੀ ਖੂਬੀ ਇਹ ਹੈ ਕਿ ਇਸ ਨੇ ਧਾਰਮਿਕ ਰਚਨਾਵਾਂ ਵੀ ਆਪਣੀ ਸਿਆਣਪ ਅਤੇ ਸੁਹਿਰਦਤਾ ਨਾਲ ਲਿਖੀਆਂ ਹਨ ਕਿ ਇਹ ਸਭ ਧਰਮਾਂ ਦੇ ਲੋਕ ਸਾਂਝੇ ਇਕੱਠ ਵਿੱਚ ਗਾਈਆਂ ਜਾ ਸਕਦੀਆਂ ਹਨ। ਰਾਜਬਲੀ ਜੀ ਕਹਿੰਦੇ ਹਨ ਕਿ ਸ਼ਾਇਰ ਸਭ ਦਾ ਸਾਂਝਾ ਹੁੰਦਾ ਹੈ। ਉਸ ਦੇ ਖਿਆਲ ਅਨੁਸਾਰ ਬੁੱਧੀਮਾਨ ਲੋਕ ਉਸੇ ਸ਼ਾਇਰ ਨੂੰ ਸਿਆਣਾ ਸਮਝਦੇ ਹਨ ਜੋ ਹਿੰਦੂ, ਸਿੱਖ, ਇਸਲਾਮ, ਈਸਾਈ ਆਦਿ ਧਰਮਾਂ ਦੇ ਭੇਦਾਂ ਤੋਂ ਉੱਚਾ ਉੱਠ ਕੇ ਲਿਖੇ। ਉਹ ਲਿਖਦੇ ਹਨ, ਸਿਆਣੇ ਸਿਆਣਾ ਸਮਝਣ ਉਸਨੂੰ ਜੀ, ਜਿਹੜਾ ਸ਼ਾਇਰ ਨਜ਼ਮ ਬਣਾਵੇ ਸਾਂਝੀ ਸੁਣ ਤਿੰਨ ਕੌਮਾਂ। ਬਾਬੂ ਰਾਜਬਲੀ ਦੀ ਵਿਚਾਰਧਾਰਾ ਦੀ ਟੇਕ ਲੋਕ ਸੂਝ ਨਾਲ ਵਧੇਰੇ ਜੁੜੀ ਹੋਈ ਹੈ। ਉਸਨੇ ਮਲਵਈ ਸੱਭਿਆਚਾਰ ਦੀਆਂ ਲੋਕ ਰੂੜੀਆਂ ਅਤੇ ਲੋਕ ਸੂਝ ਨੂੰ ਬਹੁਤ ਸ਼ਿੱਦਤ ਨਾਲ ਅਨੁਭਵ ਕੀਤਾ ਅਤੇ ਉਹ ਇਸ ਸ਼ਖਸੀਅਤ ਵਿਚਾਰਧਾਰਾ ਅਤੇ ਕਾਵਿ ਦਾ ਅਟੁੱਟ ਢੰਗ ਬਣ ਗਏ। ਬਾਬੂ ਜੀ ਨੇ ਭਾਵੇਂ ਤਕਨੀਕੀ ਤਾਲੀਮ ਹਾਸਲ ਕੀਤੀ ਸੀ, ਪਰ ਉਸਦਾ ਅੰਦਰਲਾ ਕਵੀ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਦੀਵਾਨਿਆਂ ਵਾਂਗ ਜੁੜਿਆ ਹੋਇਆ ਸੀ। ਉਸਦੇ ਹਰ ਇੱਕ ਛੰਦ ਵਿੱਚੋਂ ਰੂਪਮਾਨ ਹੁੰਦਾ ਹੈ ਕਿ ਉਹ ਸਰਬ ਸਾਂਝਾ ਹੈ। ਮਲਵਈ ਸੱਭਿਆਚਾਰ ਵਿੱਚ ਜਿਸ ਵਧੀਆ ਮਨੁੱਖ ਅਤੇ ਸਿਹਤਮੰਦ ਸਮਾਜ ਦੀ ਕਲਪਨਾ ਕੀਤੀ ਜਾਂਦੀ ਸੀ, ਉਸ ਅਨੁਸਾਰ ਹੀ ਉਸਨੇ ਆਪਣੀਆਂ ਰਚਨਾਵਾਂ ਵਿੱਚ ਨਾਇਕ ਨਾਇਕਾਂ ਦਾ ਚਿਤਰਨ ਕੀਤਾ ਹੈ। ਬਾਬੂ ਜੀ ਸੱਭਿਅਤਾ ਦੇ ਵਿਕਾਸ ਆਧੁਨਿਕ ਟੈਕਨੋਲੋਜੀ ਨੂੰ ਅਖਤਿਆਰ ਕਰਨ ਦਾ ਵਿਰੋਧੀ ਨਹੀਂ, ਸਗੋਂ ਉਹ ਇਸ ਦਾ ਵੱਡਾ ਲੰਬਰਦਾਰ ਹੈ। ਪਰ ਉਹ ਸਾਡੇ ਸੱਭਿਆਚਾਰ ਦੇ ਨੈਤਿਕ ਮੁੱਲਾਂ ਨੂੰ ਕਾਇਮ ਅਤੇ ਸਥਿਰ ਰੱਖਣ ਦਾ ਹੋਕਾ ਵੀ ਦਿੰਦਾ ਹੈ। ਬਾਬੂ ਜੀ ਦੀਆਂ ਰਚਨਾਵਾਂ ਦਾ ਸਰੋਤ ਵਧੇਰੇ ਕਰਕੇ ਕਵੀਸ਼ਰੀ ਪਰੰਪਰਾ ਦੀਆਂ ਰਚਨਾਵਾਂ ਹੀ ਹਨ।
ਉਸਨੇ ਆਪਣੀਆਂ ਕਈ ਰਚਨਾਵਾਂ ਦਾ ਆਧਾਰ ਪੰਜਾਬੀ ਸਾਹਿਤ ਦੀਆਂ ਪੁਰਾਤਨ ਰਚਨਾਵਾਂ ਨੂੰ ਵੀ ਬਣਾਇਆ ਹੈ। ਉਸਨੇ ਜ਼ਿਆਦਾ ਉਹਨਾਂ ਰਚਨਾਵਾਂ ਦੀ ਸਿਰਜਣਾ ਕੀਤੀ ਜੋ ਲੋਕਾਂ ਵਿੱਚ ਪਹਿਲਾਂ ਹੀ ਬਹੁਤ ਹਰਮਨ ਪਿਆਰੀਆਂ ਸਨ। ਬਾਬੂ ਰਾਜਬਲੀ ਨੇ 81 ਪ੍ਰਸੰਗ ਲਿਖੇ, ਜਿਨ੍ਹਾਂ ਵਿੱਚੋਂ ਉਸਨੇ ਪੰਜਾਬੀ ਵਿੱਚ 5 ਪ੍ਰਸੰਗ ਪਹਿਲੀ ਵਾਰ ਲਿਖੇ। ਬਾਬੂ ਰਾਜਬਲੀ ਜੀ ਦੀ ਵਿਚਾਰਧਾਰਾ ਦਾ ਸਭ ਤੋਂ ਵਿਲੱਖਣ ਪਰ ਅਤਿਅੰਤ ਪੱਕਾ ਰੰਗ ਧਾਰਮਿਕ ਸਹਿਣਸ਼ੀਲਤਾ ਦਾ ਹੈ, ਜੋ ਨਾ ਫਿਰਕੂ ਲਹਿਰਾਂ ਦੀਆਂ ਹਨੇਰੀਆਂ ਵਿੱਚ ਉੱਡਿਆ ਅਤੇ ਨਾ ਹੀ ਫਿਰਕੂ ਕਤਲੇਆਮ ਦੇ ਲਹੂ ਵਿੱਚ ਖੁਰਿਆ। ਬਾਬੂ ਜੀ ਦੇ ਜੀਵਨ ਕਾਲ ਜਿਹੜਾ ਹੈ ਉਹ 1894 ਵਿੱਚ ਜਨਮਦੇ ਹਨ ਅਤੇ 1979 ਈਸਵੀ ਵਿੱਚ ਇਸ ਸੰਸਾਰ ਤੋਂ ਰੁਖਸਤ ਹੁੰਦੇ ਹਨ ਅਤੇ ਉਹਨਾਂ ਦਾ ਜਿਹੜਾ ਰਚਨਾ ਕਾਲ ਹੈ ਉਹ 1914 ਤੋਂ ਲੈ ਕੇ 1979 ਈਸਵੀ ਤੱਕ ਦਾ ਬਣਦਾ ਹੈ। ਹਿੰਦੁਸਤਾਨ ਵਾਂਗ ਹੀ ਪੰਜਾਬ ਵਿੱਚ ਵੀ ਆਰੀਆ ਸਮਾਜ, ਮੁਗਲ ਮੁਸਲਿਮ ਲੀਗ ਅਤੇ ਸਿੰਘ ਸਭਾ ਦਾ ਬੜਾ ਜ਼ੋਰ ਸੀ। ਬਹੁਤ ਸਾਰਾ ਸਾਹਿਤ ਇਹਨਾਂ ਦੇ ਪ੍ਰਭਾਵ ਹੇਠਾਂ ਲਿਖਿਆ ਗਿਆ। ਦੂਜੀ ਗੱਲ, ਦੇਸ਼ ਦੇ ਬਟਵਾਰੇ ਸਮੇਂ ਹੋਏ ਅਣਮਨੁੱਖੀ ਫਿਰਕੂ ਕਤਲੇਆਮ ਨੇ ਇੱਕ ਦੂਜੇ ਫਿਰਕੇ ਦੇ ਮਹੱਲੇ ਸਾੜ ਦਿੱਤੇ, ਲੋਥਾਂ ਨਾਲ ਛੱਪੜ, ਨਹਿਰਾਂ ਅਤੇ ਦਰਿਆ ਭਰ ਦਿੱਤੇ। ਸ਼ਰੇ ਬਾਜ਼ਾਰ ਮੁਟਿਆਰਾਂ ਦੀ ਬੇਇੱਜ਼ਤੀ ਕੀਤੀ ਗਈ, ਪਰ ਬਾਬੂ ਜੀ ਦਾ ਮਨੁੱਖਤਾ ਵਿੱਚੋਂ ਵਿਸ਼ਵਾਸ ਖਤਮ ਨਾ ਹੋਇਆ। ਜਿਹੜਾ ਬੰਦਾ ਆਪ ਇਸ ਦੋਜਕ ਦੀ ਅੱਗ ਵਿੱਚੋਂ ਲੰਘਿਆ ਹੋਵੇ ਅਤੇ ਉਸਦਾ ਮਨ ਫਿਰਕੂ ਉਲਾਲ ਅਤੇ ਮਲਾਲ ਹੋਣ ਤੋਂ ਬਚ ਜਾਏ, ਇਹ ਸਭ ਤੋਂ ਕਠਿਨ ਅਗਨ ਪ੍ਰੀਖਿਆ ਹੈ। ਬਾਬੂ ਜੀ ਇਸ ਕਠਿਨ ਪ੍ਰੀਖਿਆ ਵਿੱਚੋਂ ਸਫਲ ਰਿਹਾ ਹੈ। ਉਹ ਮਾਨਵ ਜਾਤੀ ਦਾ ਪ੍ਰਤੀਨਿਧ ਕਵੀ ਹੈ। ਤੀਜਾ, ਬਾਬੂ ਜੀ ਇੱਕ ਧਰਮ ਦੇ ਆਧਾਰ ਉੱਤੇ ਨਵ ਸਥਾਪਿਤ ਮੁਲਕ ਪਾਕਿਸਤਾਨ ਦਾ ਸ਼ਹਿਰੀ ਸੀ, ਪਰ ਉਸਨੇ ਪਾਕਿਸਤਾਨ ਵਿੱਚ ਬੈਠ ਕੇ 32 ਸਾਲ ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੀਆਂ ਕਥਾਵਾਂ ਲਿਖੀਆਂ, ਜੋ ਉਸ ਦੀ ਧਾਰਮਿਕ ਸੁਹਿਰਦਤਾ ਪ੍ਰਤੀ ਪੱਕੀ ਪ੍ਰਤੀਬੱਧਤਾ ਕਾਰਨ ਹੀ ਸੰਭਵ ਹੋ ਸਕਦਾ ਹੈ। ਬਾਬੂ ਰਾਜਬਲੀ ਦਾ ਦਿਲ ਮਾਨਵ ਪਿਆਰ ਨਾਲ ਉਤਪੋਤ ਸੀ। ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨਾਲ ਨਫ਼ਰਤ ਦੇ ਜੰਗਲ ਵਿੱਚ ਉਸਦੇ ਦਿਲ ਵਿਚਲਾ ਪਿਆਰਮਈ ਅੰਮ੍ਰਿਤ ਦਾ ਘੜਾ ਸਾਬਤ ਅਤੇ ਭਰਿਆ ਰਿਹਾ? ਜੇ ਅਸੀਂ ਬਾਬੂ ਜੀ ਦੇ ਜੀਵਨ ਪ੍ਰਤੀ ਘੋਖਮੀ ਨਜ਼ਰ ਨਾਲ ਵੇਖੀਏ ਤਾਂ ਇਸ ਦੀ ਦ੍ਰਿੜਤਾ ਦੇ 5 ਪ੍ਰਮੁੱਖ ਕਾਰਨ ਦਿਖਾਈ ਦਿੰਦੇ ਹਨ। ਪਹਿਲਾ, ਮਲਵਈ ਸੱਭਿਆਚਾਰ ਵਿੱਚ। ਦੂਜੇ, ਪੰਜਾਬੀ ਦੀ ਨਿਸਬਤਨ ਫਿਰਕੂ ਪਸਾਰਾ ਘੱਟ ਸੀ। ਦੂਜੇ, ਮੁਸਲਮਾਨ ਹਿੰਦੂ ਅਤੇ ਸਿੱਖ ਕਵੀਸ਼ਰਾਂ ਵਿੱਚ ਦੂਜੇ ਧਰਮਾਂ ਦੀਆਂ ਰਚਨਾਵਾਂ ਸਿਰਜਣ ਦੀ ਪਰੰਪਰਾ ਸੀ। ਧਾਰਮਿਕ ਸੁਹਿਰਦਤਾ ਕਵੀਸ਼ਰੀ ਪਰੰਪਰਾ ਦੀ ਇੱਕ ਜੀਵਤ ਅੰਗ ਸ਼ੈਲੀ। ਤੀਜੀ ਗੱਲ, ਉਸਦਾ ਆਪਣਾ ਉਸਤਾਦ ਇੱਕ ਸਿੱਖ ਕਵੀਸ਼ਰ ਮਾਨ ਸਿੰਘ ਸੀ। ਉਸ ਦੇ ਆਪਣੇ ਬਹੁਤ ਸਾਰੇ ਚੇਲੇ ਸਿੱਖ ਅਤੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸਨ। ਉਸਦੇ ਚੇਲੇ ਉਸਨੂੰ ਬੇਹੱਦ ਮੁਹੱਬਤ ਅਤੇ ਸਤਿਕਾਰ ਕਰਦੇ ਸਨ।
ਚੌਥਾ, 47 ਦੀ ਵੰਡ ਸਮੇਂ ਇਸ ਦੇ ਚੇਲਿਆਂ, ਪਿੰਡ ਦੇ ਲੋਕਾਂ ਅਤੇ ਇਸ ਦੇ ਪ੍ਰਸ਼ੰਸਕਾਂ ਨੇ ਬਾਬੂ ਰਾਜਬਲੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਨਾ ਕੇਵਲ ਆਪਣੀ ਸਿਰ ਧੜ ਦੀ ਬਾਜ਼ੀ ਲਾ ਕੇ ਸਾਂਭ ਕੇ ਰੱਖਿਆ, ਸਗੋਂ ਬਾਅਦ ਵਿੱਚ ਉਸ ਦੇ ਸਮਾਨ ਨੂੰ ਵੀ ਪੂਰੀ ਹਿਫਾਜ਼ਤ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਵਾ ਕੇ ਆਏ ਸਨ। ਪੰਜਵਾਂ ਕਾਲ, ਉਸ ਨੂੰ ਆਪਣੇ ਵਤਨ ਨਾਲ ਅੰਤਾਂ ਦਾ ਮੋਹ ਸੀ ਅਤੇ ਇਲਾਕੇ ਦੇ ਲੋਕਾਂ ਨੇ ਉਸ ਨੂੰ ਉਮਰ ਭਰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਸੀ। ਪੰਜਾਬੀ ਦਾ ਹੋਰ ਕੋਈ ਲੇਖਕ ਪਾਕਿਸਤਾਨ ਜਾਂ ਭਾਰਤੀ ਪੰਜਾਬ ਵਿੱਚ ਨਹੀਂ ਹੈ ਜਿਸ ਨੇ ਦੂਜੇ ਧਰਮਾਂ ਸੰਬੰਧੀ ਇੰਨੇ ਵਿਸਥਾਰ, ਅਪਣੱਤ ਅਤੇ ਖੂਬਸੂਰਤੀ ਨਾਲ ਇੰਨੀ ਵਧੀਆ ਕਾਵਿ ਸਿਰਜਣਾ ਕੀਤੀ ਹੋਵੇ। ਬਾਬੂ ਜੀ ਦੀ ਰਚਨਾ ਦਾ ਇਹ ਗੁਣ ਉਸ ਨੂੰ ਆਪਣੇ ਸਮਕਾਲੀ ਕਵੀਸ਼ਰਾਂ ਵਿੱਚੋਂ ਹੀ ਨਹੀਂ ਸਗੋਂ ਸਮਕਾਲੀ ਪੰਜਾਬੀ ਕਵੀਆਂ ਵਿੱਚ ਵੀ ਸਿਰ ਕੱਢ ਬਣਾਉਂਦਾ ਹੈ। ਬਾਬੂ ਜੀ ਦਾ ਮਨ ਧਾਰਮਿਕ ਬਖਰੇਵਿਆਂ ਤੋਂ ਬਹੁਤ ਉੱਚਾ ਸੀ। ਉਸ ਦਾ ਦਿਲ ਸਾਫ, ਦਿਮਾਗ ਤਿੱਖਾ ਅਤੇ ਉਸ ਦੀ ਬੁੱਧ ਚੇਤਨ ਸੀ, ਜਿਸ ਕਰਕੇ ਉਹ ਪੂਰੀ ਦ੍ਰਿੜਤਾ ਨਾਲ ਆਪਣੀ ਵਿਚਾਰਧਾਰਾ ਉੱਤੇ ਅਡੋਲ ਖੜੋਤਾ ਰਿਹਾ। ਉਸਨੇ ਮਾਨਵ ਪਿਆਰ ਦੇ ਮੰਡਲ ਵਿੱਚ ਨਵੀਆਂ ਸਿਖਰਾਂ ਛੋਹੀਆਂ ਅਤੇ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਸਗੋਂ ਪੰਜਾਬ ਦੇ ਸਾਹਿਤਕਾਰਾਂ ਦੀ ਅਗਵਾਈ ਵੀ ਕੀਤੀ। ਬਾਬੂ ਜੀ ਨੇ ਇਨਸਾਨੀਅਤ ਨੂੰ ਪਿਆਰ ਕੀਤਾ। ਉਸ ਦੀ ਝੋਲੀ ਵਿੱਚ ਨਫ਼ਰਤ ਨਹੀਂ ਸਗੋਂ ਪਿਆਰ ਹੀ ਪਿਆਰ ਸੀ। ਉਸਨੇ ਦੇਸ਼, ਧਰਮ ਅਤੇ ਜਾਤ ਪਾਤ ਦੇ ਭਿੰਨ ਭੇਦ ਤੋਂ ਉੱਚਾ ਉੱਠ ਕੇ ਅੱਲਾ ਦੀ ਖਲਕ ਨਾਲ ਮੁਹੱਬਤ ਕੀਤੀ। ਉਹ ਮੁਹੱਬਤਾਂ ਦਾ ਮਰਜੀਵੜਾ ਸੀ। ਬਾਬੂ ਰਾਜਬਲੀ ਆਪ ਇਸਲਾਮ ਦਾ ਪੈਰੋਕਾਰ ਸੀ। ਉਹ ਆਪ ਮੋਮਨ ਸੀ। ਉਸਨੇ ਇਸਲਾਮ ਨਾਲ ਸੰਬੰਧਿਤ 3 ਰਚਨਾਵਾਂ ਵੀ ਕੀਤੀਆਂ, ਪਰ ਉਹ ਦੂਜੇ ਧਰਮਾਂ ਦਾ ਵੀ ਦਿਲੋਂ ਸਤਿਕਾਰ ਕਰਦਾ ਸੀ। ਉਸਨੇ ਸਿੱਖ ਧਰਮ ਨਾਲ ਸੰਬੰਧਿਤ 18 ਪ੍ਰਸੰਗ ਅਤੇ ਹਿੰਦੂ ਮਿਥਿਹਾਸ ਅਤੇ ਹਿੰਦੂ ਧਰਮ ਨਾਲ ਸੰਬੰਧਿਤ 7-8 ਰਚਨਾਵਾਂ ਦੀ ਰਚਨਾ ਕੀਤੀ। ਉਸਨੇ ਸਿੱਖ ਇਤਿਹਾਸ ਦੇ ਬਲਬਲੇ ਭਰਪੂਰ ਪ੍ਰਸੰਗਾਂ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਛੰਦਬੰਧ ਕੀਤਾ ਹੈ। ਇੱਕ ਮੁਸਲਮਾਨ ਕਵੀਸ਼ਰ ਹੋਣ ਦੇ ਬਾਵਜੂਦ ਉਸਨੇ ਸਿੱਖਾਂ ਅਤੇ ਮੁਗਲ ਬਾਦਸ਼ਾਹ ਦੀਆਂ ਲੜਾਈਆਂ ਨੂੰ ਸਹੀ ਸਹੀ ਬਿਆਨ ਕੀਤਾ ਹੈ। ਇੱਕ ਪਾਕਿਸਤਾਨੀ ਕਵੀ ਵਲੋਂ ਅਜਿਹੀਆਂ ਕਿਰਤਾਂ ਦਾ ਕਾਵਬੱਧ ਹੋਣਾ ਇਸ ਵਿੱਚ ਨਵੇਂ ਅਰਥਾਂ ਨੂੰ ਸੰਚਾਰ ਕਰਦਾ ਹੈ ਕਿ ਕਵੀ ਵਿਸ਼ਾਲ ਹਿਰਦੇ ਦਾ ਸੁਆਮੀ ਹੈ ਜੋ ਮਨੁੱਖਤਾ ਦੇ ਰਿਸ਼ਤੇ ਅਤੇ ਦਰਦ ਨੂੰ ਪਹਿਲ ਦਿੰਦਾ ਹੈ। ਬਾਬੂ ਰਾਜਬਲੀ ਅਤੇ ਮਾਘੀ ਸਿੰਘ ਨੇ ਗੁਰੂ ਸਾਹਿਬਾਂ ਦੇ ਪ੍ਰਸੰਗਾਂ ਨੂੰ ਇੰਨੀ ਜਿਹੀ ਸ਼ਰਧਾ ਨਾਲ ਲਿਖਿਆ ਹੈ। ਬਾਬੂ ਜੀ ਨੇ ਜੰਗ ਮਰਾਜ ਵਿੱਚ 6ਵੀਂ ਪਾਤਸ਼ਾਹੀ ਦੇ ਜੰਗ ਨੂੰ 72 ਕਲਾ ਛੰਦ ਵਿੱਚ ਇਸ ਯੁਕਤੀ ਅਤੇ ਪ੍ਰਵੀਨਤਾ ਨਾਲ ਲਿਖਿਆ ਹੈ ਕਿ ਇਸ ਦਾ ਕੋਈ ਸਾਨੀ ਨਹੀਂ ਲੱਗਦਾ। ਬਾਬੂ ਜੀ ਨੇ ਦਸਮ ਪਾਤਸ਼ਾਹ ਦੀ ਗੁਰ ਕੀਰਤੀ ਇਸ ਤਰ੍ਹਾਂ ਬਿਆਨ ਕੀਤੀ ਹੈ। ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ, ਕੱਲ੍ਹ 'ਤੇ ਮਰਨ ਵਾਲੇ ਦੇਸ਼ ਦੇ ਨਰੇਸ਼ ਗੁਰ, ਸ਼ਾਂਟਵੇਂ ਸਰੀਰ ਵਾਲੇ ਅਤੇ ਧਨੁੱਖ ਤੀਰ ਵਾਲੇ, ਮੋਹਣੀ ਤਸਵੀਰ ਵਾਲੇ ਚੰਦ ਜੈਸੇ ਫੇਸ ਗੁਰ, ਗੁਰ ਪੰਜਾਂ ਕੱਕਿਆਂ ਵਾਲੇ
ਤੇ ਕਰਾਰਾਂ ਪੱਕਿਆਂ ਵਾਲੇ ਕੰਮ ਅਣਥੱਕਿਆਂ ਵਾਲੇ ਕਰਨ ਹਮੇਸ਼ ਗੁਰ ਬਾਬੂ ਜੀ ਸ਼ਰਮ ਵਾਲੇ ਦੁਆਰੇ ਤੇ ਧਰਮ ਵਾਲੇ ਪਟਨੇ ਜਰਮ ਵਾਲੇ ਮੇਰੇ ਦਸਮੇਸ਼ ਗੁਰ ਰਾਜਧਾਨੀ ਰਾਜਾਂ ਵਾਲੇ ਜੋੜੇ ਘੋੜੇ ਸਾਜਾਂ ਵਾਲੇ ਚਿੱਟਿਆਂ ਬਾਜਾਂ ਵਾਲੇ ਦਾਸ ਦਾ ਆਦੇਸ਼ ਗੁਰ ਉੱਚਿਆਂ ਜੈਕਾਰਿਆਂ ਵਾਲੇ ਤਾਜ ਝਲਕਾਰਿਆਂ ਵਾਲੇ ਸੋਹਣੇ ਦੁਲਾਰਿਆਂ ਵਾਲੇ ਸੀਰ ਗਾ ਰਖਾ ਗਏ ਕੇਸ ਗੁਰ ਸੱਚ 'ਤੇ ਅੜਨ ਵਾਲੇ ਪਾਪ 'ਤੇ ਲੜਨ ਵਾਲੇ ਜੰਗ 'ਤੇ ਚੜ੍ਹਨ ਵਾਲੇ ਹਿੰਦ ਰੱਖੀ ਇਸ ਗੁਰ ਬਾਬੂ ਜੀ ਸ਼ਰਮ ਵਾਲੇ ਦੁਆਰੇ 'ਤੇ ਧਰਮ ਵਾਲੇ ਪਟਨੇ ਜਰਮ ਵਾਲੇ ਮੇਰੇ ਦਸਮੇਸ਼ ਗੁਰ। ਉਹ ਲਿਖਦੇ ਹਨ ਸੂਰਜ ਸਮ ਦਸਮੇਸ਼ ਦੀ ਸੀ ਮਸਤਕ ਦੀ ਜੋਤ ਸਬਰ ਸ਼ੁਕਰ ਸੂਰ ਮਗਤੀ ਨਾ ਸਤਿਗੁਰ ਦੀ ਹੋਤ। ਇਹ ਚਮਕੌਰ ਦੀ ਜੰਗ ਦੇ ਵਿੱਚ ਆਇਆ ਸੀ। ਹੋਰ ਲਿਖਦੇ ਹਨ ਨਹਾਉਣ ਅੰਮ੍ਰਿਤਸਰ ਦਾ ਜੀ ਬੜਾ ਉੱਚਾ ਦਰਜਾ ਪਵਿੱਤਰ ਸਰਦਾ ਹਰਿਮੰਦਰ ਸੁਨਹਿਰੀ ਜੀ ਦੂਰ ਤੋਂ ਜਗਮਗ ਜਗਮਗ ਕਰਦਾ ਦੀਪ ਸਿੰਘ ਨੇ ਬਣਾਤੇ ਟੋਟੇ ਵਰਸ਼ਾ ਖਬੋ ਕੇ ਘੱਪਦੇ ਖੰਡਾ ਧੂਲਿਆ ਲਹੂ ਦਾ ਲਿਬੜਿਆ ਹਿੱਕ 'ਚ ਬਣਾਈਆਂ ਮੋਰੀਆਂ ਸ਼ਹੀਦੀ ਬਾਬਾ ਦੀਪ ਸਿੰਘ ਦੇ ਵਿੱਚ ਹੀ ਇਹਨਾਂ ਨੇ ਲਿਖਿਆ ਸੀ। ਇੱਕ ਮੁਸਲਮਾਨ ਕਵੀ ਅਤੇ ਗੁਰੂ ਨਾਨਕ ਅਤੇ ਸੁਰਸਤੀ ਦਾ ਮੰਗਲ ਇੰਨੇ ਪਿਆਰ ਨਾਲ ਕੀਤਾ ਹੈ ਕਿ ਅੱਜ ਦੇ ਮਾਹੌਲ ਵਿੱਚ ਬਿਲਕੁਲ ਅਚੰਭਾ ਲੱਗਦਾ ਹੈ। ਦੇਵੇ ਛੂਤ ਟੁੱਕਣ ਨਾ ਨੇੜੇ ਵੜੇ ਭੂਤ ਭਰਮ ਨਾ ਵਿਹੜੇ ਬਹਿ ਤਿਕੜੀ ਰਾਗ ਨੂੰ ਛੇੜੇ ਪਰ ਨਗਮੇ ਜਿਉਂ ਬੁਲਬੁਲਦੇ ਹੈ ਗੁਰੂ ਨਾਨਕ ਸਾਂਝੇ ਕੁੱਲ ਦੇ ਹੈ ਗੁਰੂ ਨਾਨਕ ਸਾਂਝੇ ਕੁੱਲ। ਬਾਬੂ ਜੀ ਸੁਰਸਤੀ ਦਾ ਮੰਗਲ ਕਰਦੇ ਲਿਖਦੇ ਹਨ ਜੋ ਤੇਰੇ ਚਰਨੀ ਲੱਗੇ ਸੁਖੀ ਸਦਾ ਹੀ ਰਹਿਣ ਮਤ ਦੀਜੋ ਮਤਹੀਨ ਕੋ ਸ਼ੈਰ ਲੱਗੇ ਕੁਝ ਕਹਿਣ ਆਕਰ ਸੇਵਕ ਲੱਗੇ ਚਰਨੀ ਪਰ ਕੁਝ ਨਜ਼ਰ ਮੇਲ ਦੀ ਕਰਨੀ ਚੌਂਕੀ ਇੱਕ ਦੋ ਘੰਟੇ ਭਰਨੀ ਹੋ ਗਏ ਮੇਲ ਸ਼ਕੀਨਾਂ ਦੇ ਸ਼ੋਰ ਮਚਾਉਣੋਂ ਹਟ ਜੋ ਚੜ੍ਹ ਗਏ ਤਵੇ ਮਸ਼ੀਨਾਂ 'ਤੇ ਖੜਦੇ ਸ਼ਾਰ ਕਚਹਿਰੀ ਮਗ ਜੈ ਦਿਲ 'ਤੇ ਜੋਤ ਪਿੰਗਲ ਦੀ ਜਗ ਜੈ ਕੋਈ ਦਗਦ ਅੱਖਰ ਨਾ ਲੱਗ ਜੈ ਮੰਦ ਗਣ ਪਾਵਣ ਤਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਆਵੇ ਊੜਾ ਏ ਨਾ ਬੀਜੀ ਸੰਸਕ੍ਰਿਤ ਭਾਸ਼ਾ ਦੇ ਜੀ ਅਰਬੀ ਉਰਦੂ ਅਤੇ ਅੰਗਰੇਜ਼ੀ ਤੂੰ ਵਿੱਚ ਮਿੱਧ ਦੇ ਇਲਮਾਂ ਦੇ ਕੁੱਲ ਦੇ ਦਿਲ ਖੁਸ਼ ਕਰਨੇ ਖੇਲ ਵਿਖਾ ਕੇ ਫਿਲਮਾਂ ਦੇ ਅੰਦਰ ਬੁਰਸ਼ ਫੇਰ ਦੇ ਗਲ ਦੇ ਲਿਆ ਕੇ ਮਿਸ਼ਰੀ ਜਿਵਾ 'ਤੇ ਮਲਦੇ ਜੋੜੀ ਸਜੇ ਬੋਲ ਜਿਹਾ ਰਲ ਜੇ ਪਾ ਦੇ ਖੈਰ ਮਥਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਲੱਖ ਲੱਖ ਕਰਨ ਕਵੀਸ਼ਰ ਰੋਕਾਂ ਲਓ ਹੁਣ ਮਨੋਹਰ ਸੁਣਾਉਂਦੇ ਲੋਕਾਂ ਗੱਡੀ ਤਰਜ ਕਵਾਲੀ ਝੋਕਾਂ ਰੌਣਕ ਲਾਉਣੀ ਕਵੀਆਂ ਨੇ ਲੋਕ ਸਰੋਤੇ ਮੋਹਣੇ ਤਰਜਾਂ ਨਵੀਆਂ ਨਵੀਆਂ ਨੇ ਮੂੰਹ 'ਚੋਂ ਲੜੀ ਫੁੱਲਾਂ ਦੀ ਕਿਰਨੀ ਡੂਡਾ ਟੁੱਕ ਟੁੱਕ ਪੰਗਤੀ ਕਿਰਨੀ ਥੋੜ੍ਹਾ ਲਾਉਣ ਦੁਭਾਗ 'ਚ ਫਿਰਨੀ ਅਤੇ ਸੁਰ ਕਰਦੇ ਸਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਮੁੜ ਮੁੜ ਖਾਣਾ ਆਵਾਜ਼ਾਂ ਗੇੜੇ ਬੁਲਬੁਲ ਛੱਡ ਕੇ ਆ ਜਾਏ ਝੇੜੇ
ਕੋਇਲਾ ਸੁਣ ਖੜੋ ਕੇ ਨੇੜੇ ਪੈ ਜਾ ਸੋਚ ਪਪੀਹਾਂ ਨੂੰ ਘੂੰ ਘੂੰ ਖੁੰਬਰੇ ਗੁਟਕਣ ਕਰਦੇ ਤਰ ਜਾਂਦੇ ਲੀਹਾਂ ਨੂੰ ਘੂੰ ਘੂੰ ਖੁੰਬਰੇ ਗੁਟਕਣ ਕਰਦੇ ਜਾਂਦੇ ਲੀਹਾਂ ਨੂੰ ਸ਼ਾਇਰੀ ਕਰਦੇ ਲੋਕ ਅਨੇਕਾਂ ਲਾਉਂਦੇ ਨਾਲ ਖੁਸ਼ੀ ਦੇ ਟੇਕਾਂ ਖਿੱਚਦੇ ਤਾਹਾਂ ਚੜ੍ਹਾ ਕੇ ਹੇਕਾਂ ਦੰਗ ਰਹਿਣ ਵੇਖ ਮਜਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਚਾਦਰੇ ਨੀਵੇਂ ਧਰਤੀ ਹੁੰਝਣ ਮੂੰਹ ਨੂੰ ਨਾਲ ਰੁਮਾਲਾਂ ਪੂੰਝਣ ਆ ਕੇ ਭੌਰ ਫੁੱਲਾਂ 'ਤੇ ਗੂੰਜਣ ਆਸ਼ਕ ਹੋ ਗਏ ਸ਼ਹਿਰੀ 'ਤੇ ਵਾਹ ਵਾਹ ਲੜ ਕੇ ਬੋਲਣ ਪਾ ਲਿਆ ਰੋਬ ਕਚਹਿਰੀ 'ਤੇ ਨੱਚਦੀ ਫਿਰਦੀ ਕਵਿਤਾ ਰਾਣੀ ਪਾ ਦੇ ਆਬੇ ਹਯਾਤੀ ਪਾਣੀ ਪਾਣੀ ਬਣ ਕੇ ਤੁਰ ਪੈ ਬਾਣੀ ਤੁਰਤ ਮਿਟਾ ਦੇ ਦਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਅਸੀਂ ਨਵੇਂ ਸੁਣਾਉਣੇ ਭਾਜੀ ਖਾੜੇ ਦੇ ਵਿੱਚ ਕਵਿਤਾ ਗਾਜੀ ਦੇਣਾ ਸ਼ੋਰਾਂ ਦਾ ਚਿਤਲਾ ਜੀ ਸੁਣ ਸੁਣਨੇ ਬੋਲ ਕਚਹਿਰੀ ਨੇ ਰੌਲਾ ਪਾਉਣੋਂ ਹਟ ਜਾਓ ਛੰਦ ਸੁਣਾਉਣੇ ਸ਼ਹਿਰੀ ਨੇ ਚੇਲੇ ਬਾਬੂ ਜੀ ਦੇ ਸ਼ਾਇਰੀ ਜਿੱਥੇ ਖੜ ਜਾਣ ਸਜੇ ਕਚਹਿਰੀ ਛੰਦ ਬਣਾਵੇ ਬਾਬੂ ਨਹਿਰੀ ਆਣ ਸਵਾਰੀ ਕਾਜਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਬੋਲ ਰਕਾਟਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਬਾਬੂ ਰਾਜਵਲੀ ਨੇ ਨੌ ਨਵੀਆਂ ਦੀ ਸਿਫਤ ਵੀ ਇਸੇ ਰੰਗ ਅਤੇ ਲਹਿਜੇ ਵਿੱਚ ਕੀਤੀ ਹੈ ਯੂਸਫ ਸ਼ਕਲ ਬੰਦ ਮੱਥਾ ਚੌਦਵੀਂ ਦਾ ਚੰਦ ਗੋਲ ਅੱਖ ਚਿੱਟੇ ਦੰਦ ਜੀਵ ਖੰਡ ਦੀ ਡਲੀ ਗੁੰਦਵੇਂ ਪਿੰਡ ਨੂੰ ਖੁਸ਼ਬੋਈ ਨਾ ਮਿਲੀ ਆਖਰੀ ਮੁਹੰਮਦ ਸਾਹਿਬ ਮੁੱਖ ਖਿੜਿਆ ਗੁਲਾਬ ਸੱਦੇ ਅਰਸ਼ੀ ਨਵਾਬ ਇੰਨਾ ਉੱਚਾ ਦਰਜਾ ਦੱਸਦੇ ਫਰਿਸ਼ਤੇ ਕੁਰਾਨ ਘਰ ਜਾ ਹੱਥ ਕੌਸਰ ਪਿਆਲੀ ਸਾਰੀ ਉਮਤ ਦਾ ਵਾਲੀ ਰਾਜਵਲੀ ਰਹਿਜੂ ਖਾਲੀ ਰਾਜਵਲੀ ਰਹਿਜੂ ਲਾਲੀ ਬਖਸ਼ਾਲੂ ਸਾਰਿਆਂ ਨੂੰ ਮੇਰੀ ਸੌ ਸਲਾਮ ਰੱਬ ਦੇ ਪਿਆਰਿਆਂ ਨੂੰ ਮੇਰੀ ਸੌ ਸਲਾਮ ਰੱਬ ਦੇ ਪਿਆਰਿਆਂ ਨੂੰ ਬਾਬੂ ਜੀ ਨੇ ਹਿੰਦੂ ਮੁਸਲਮਾਨ ਅਤੇ ਸਿੱਖਾਂ ਨੂੰ ਖੰਡ ਘਿਓ ਖਿਚੜੀ ਬਣ ਕੇ ਰਹਿਣ ਦੀ ਅਰਜੋਈ ਕੀਤੀ ਅਤੇ ਆਪਣੀ ਨਿੱਜੀ ਮਿਸਾਲ ਵੀ ਦਿੱਤੀ ਕਿ ਕਿਵੇਂ ਰਾਜਵਲੀ ਪੰਡਿਤ ਪੂਰਨ ਚੰਦ ਅਤੇ ਸੰਪੂਰਨ ਸਿੰਘ ਰਾਮਾ ਦੀ ਟੁੱਟ ਮਿੱਤਰਤਾ ਹੈ ਉਹ ਲਿਖਦੇ ਹਨ ਹਿੰਦੂ ਸਿੱਖ ਮੋਮਨ ਨੂੰ ਕਹਿਣਾ ਘਿਓ ਖੰਡ ਖਿਚੜੀ ਬਣ ਕੇ ਰਹਿਣਾ ਵੀਰ ਨੂੰ ਭੁੱਲ ਜਾਓ ਖੋਰ ਪੁਰਾਣੇ ਵਧਣ ਪ੍ਰੇਮ ਵਿਰਸ਼ ਦੇ ਟਾਹਣੇ ਦਿਲ ਦੀਆਂ ਕੱਢ ਲਿਓ ਕੁੰਝਲੀਆਂ ਰਾਹੋਂ ਜਾਣ ਕੁਰਾਹੇ ਤਾਂ ਪੱਗ ਡੰਡੀਆਂ ਖੁੰਝਲੀਆਂ ਜਿਸ ਤਰ੍ਹਾਂ ਬਾਬੂ ਪੂਰਨ ਰਾਮਾ ਮਿਲ ਕਰ ਮਿੱਠੀਆਂ ਕਰਨ ਕਲਾਮਾਂ ਪਾ ਲਓ ਆਪਸ ਦੇ ਵਿੱਚ ਕੰਘੀਆਂ ਬਾਤਾਂ ਕਹਿਣ ਕਵਿਸ਼ਰ ਚੰਗੀਆਂ ਵੈਰ ਚੁਬੈਰਾ ਢਾਹੀ ਦਾ ਖਲ ਮਾਲਕ ਭਰੇ ਪੁਰਸ਼ ਦੇ ਹੱਥ ਤੋਂ ਕਰਦਾ ਨਸ਼ਟ ਗੁਨਾਹੀ ਦਾ ਮਾਲਕ ਭਲੇ ਪੁਰਸ਼ ਦੇ ਹੱਥੋਂ ਕਰਦਾ ਨਸ਼ਟ ਗੁਨਾਹੀ ਦਾ ਬਾਬੂ ਜੀ ਲਿਖਦੇ ਹਨ ਇਹ ਜੋ ਸਰੀਰ ਬਣੇ ਇੱਕ ਮਿੱਟੀ ਦੇ ਕਾਹਤੋਂ ਬੰਬ ਇੱਕ ਦੂਸਰੇ 'ਤੇ ਸਿੱਟੀ ਦੇ ਪੜਦਾ ਪਾ ਪਿਛਲੇ ਕਸੂਰ ਚੱਕ ਦੇ ਗੁਰੂ ਮੇਰੇ ਮਨ ਦਾ ਭਰਮ ਚੱਕ ਦੇ ਅਤੇ ਗੁਰੂ ਜੀ ਉੱਤਰ ਦਿੰਦੇ ਹਨ ਅਤੇ ਬਾਬੂ ਜੀ ਲਿਖਦੇ ਹਨ ਗੁਰੂ ਕਹਿੰਦਾ ਅਹਿਮ ਕਾ ਵਿਗਾੜੇ ਕੰਮ ਜੀ ਰੱਬ ਦੀ ਰਮਜ ਆਰਫਾਂ ਨੇ ਸਮਝੀ ਅਸਮਾਨੋ ਉੱਤਰੀ ਖੁਰਾਕ ਸਭ ਦੀ
ਹਿੰਦੂ ਸਿੱਖ ਮੋਮਨ ਉਪਦੇਸ਼ ਰੱਬ ਦੀ ਇੱਕੋ ਜਿਹਾ ਚਨੈਣ ਤੇ ਚਨੈਣ ਵਾਲਾ ਜੀ ਲੱਗੇ ਧੁੱਪ ਕੁੱਲ ਨੂੰ ਇੱਕੋ ਜਿਹਾ ਪਾਲਾ ਜੀ ਮੌਤ ਡੈਣ ਕੁੱਲ ਦੇ ਹੱਡਾਂ ਨੂੰ ਚੱਬਦੀ ਹਿੰਦੂ ਸਿੱਖ ਮੋਮਨ ਉਪਦੇਸ਼ ਰੱਬ ਦੀ ਹਿੰਦੂ ਸਿੱਖ ਮੋਮਨ ਉਪਦੇਸ਼ ਰੱਬ ਦੀ। ਅਤੇ ਅਗਲੇ ਪ੍ਰਸੰਗ ਦੇ ਵਿੱਚ ਅਗਲੇ ਸੈਗਮੈਂਟ ਦੇ ਵਿੱਚ ਬਾਬੂ ਰਾਜਬਲੀ ਦੀ ਦੇਸ਼ ਭਗਤੀ ਦੀ ਭਾਵਨਾ ਦਾ ਵਰਣਨ ਕਰਾਂਗੇ। ਅੱਜ ਇੰਨਾ ਹੀ।